ਇਸ ਵੇਲੇ ਕੱਲ ਕਰਾਂਗੇ ਇੱਕ ਖਾਸ ਅਪਡੇਟ ਦੀ ਜਿੱਤੇ ਕਿ 골ਡੀ ਬਰਾਡ ਨੇ ਇੱਕ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ ਜੱਗੂ ਭਗਵਾਨ ਪੁਰੀਆ ਦੇ ਨਾਲ ਵੱਡਾ 파ੜ ਪੈ ਚੁੱਕਿਆ ਹੈ ਜਿਹੜੇ ਕਿਸੇ ਵੇਲੇ ਇੱਕ ਦੂਜੇ ਦੇ ਜਿਗਰੀ ਦੋਸਤ ਹੁੰਦੇ ਸੀ ਪਰ ਹੁਣ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਗਏ ਨੇ ਜੀ ਹਾਂ ਕੀ ਕਾਰਨ ਰਿਹਾ ਹੈ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਆਪਣੇ ਚੈਨਲ ਦੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਗੱਲ ਕਰਾਂਗੇ ਜੀ ਜਿੱਥੇ 골ਡੀ ਬਰਾੜ ਨੇ ਇੱਕ ਹੋਰ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਮੁੱਖ ਮਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਕੈਨੇਡਾ ਦੇ ਗੈਂਗਸਟਰ 골ਡੀ ਬਰਾੜ ਨੇ ਗੋਇੰਦਵਾਲ ਜੇਲ੍ਹ ਦੇ ਵਿੱਚ ਹੋਈ ਗੈਂਗਵਾਰ ਦੀ ਜ਼ਿੰਮੇਵਾਰੀ ਲੈ ਲਈ ਹੈ। ਸੋਸ਼ਲ ਮੀਡੀਆ ਤੇ 골ਡੀ ਬਰਾੜ ਦੇ ਨਾਂ ਤੇ ਚੱਲ ਰਹੇ ਅਕਾਊਂਟ ਤੋਂ ਇੱਕ ਪੋਸਟ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਦੇ ਵਿੱਚ 골ਡੀ ਬਰਾੜ ਨੇ ਕਿਹਾ ਹੈ ਕਿ ਗੋਇੰਦਵਾਲ ਜੇਲ੍ਹ ਦੀ ਬੈਰਕ ਦੇ ਵਿੱਚ ਮੋਨਾ ਮਾਨਸਾ ਤੇ ਮੰਦੀਪ ਤੂਫਾਨ ਦੇ ਕਤਲ ਦੀ ਜ਼ਿੰਮੇਵਾਰੀ ਅਸੀਂ ਲਾਰੈਂਸ ਬਿਸ਼ਨੋਈ ਗਰੁੱਪ ਲੈ ਰਹੇ ਹਾਂ ਉਸਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੂੰ ਸਾਡੇ ਭਰਾ ਸਚਨ ਪਿਵਾਨੀ ਅੰਕਤ ਸਿਰਸਾ ਦੀਪਕ ਮੁੰਡੀ ਮਨਪ੍ਰੀਤ ਭਾਉ ਕਸ਼ਿਸ਼ ਅਰਸ਼ਦ ਬੀਕਾਨੇਰ ਮਾਮਾ ਨੇ ਇਹਨਾਂ ਨੂੰ ਕਤਲ ਕੀਤਾ ਇਹਨਾਂ ਨੂੰ ਮਾਰਿਆ ਗਿਆ ਇਹਨਾਂ ਦੇ ਵੱਲੋਂ ਤੇ ਇਹਨਾਂ ਦੋਵੇਂ ਇਹ ਦੋਵੇਂ ਜੱਗੂ ਦੇ ਬੰਦੇ ਸੀ ਅਸੀਂ ਇਹਨਾਂ ਨਾਲ ਕੋਈ ਵੀ ਵੱਧ ਘੱਟ ਗੱਲ ਨਹੀਂ ਕੀਤੀ ਸੀ ਕਿਉਂਕਿ ਹੁਣ ਤੱਕ ਅਸੀਂ ਇਕੱਠੇ ਰਹੇ ਹਾਂ ਪਰ ਇਹਨਾਂ ਨੇ ਜੱਗੂ ਦੇ ਕਹਿਣ ਤੇ 2 ਦਿਨ ਪਹਿਲਾਂ ਬੈਰਕ ਦੇ ਵਿੱਚ ਸਾਡੇ ਭਰਾ ਮਨਪ੍ਰੀਤ ਭਾਉ ਦੀ ਕੁੱਟ ਮਾਰ ਕੀਤੀ ਸੀ ਭਰਾਵਾਂ ਨੇ ਸਾਡਿਆਂ ਨੇ ਇੱਕ ਪਾਸੇ ਹੋ ਕੇ ਅੱਜ ਇਹਨਾਂ ਦਾ ਕੰਮ ਕਰ ਦਿੱਤਾ ਹੈ ਗੋਲਡੀ ਨੇ ਅੱਗੇ ਇਹ ਵੀ ਕਿਹਾ ਹੈ ਕਿ ਜੱਗੂ ਨੇ ਸਾਡੇ ਭਰਾਵਾਂ ਨੂੰ ਮੰਨੂ ਤੇ ਰੂਪੇ ਦਾ ਵੀ ਆਪ Trap ਲਵਾ ਕੇ ਉਹਨਾਂ ਦਾ ਇਨਕਾਊਂਟਰ ਕਰਵਾਇਆ ਏ ਸਾਡੀ ਵਿਰੋਧੀ ਪਾਰਟੀ ਦੇ ਨਾਲ ਮਿਲਿਆ ਹੋਇਆ ਸੀ ਇਹ ਬੰਦਾ ਜੱਗੂ ਸਾਡੇ ਗਰੁੱਪ ਦੇ ਅੰਦਰ ਲੀਆਂ ਗੱਲਾਂ ਨੂੰ ਵੀ ਲੀਕ ਕਰਦਾ ਸੀ ਇਹਨਾਂ ਨੇ ਸੰਦੀਪ ਨੰਗਲੰਬੀਆਂ ਵਾਲੇ ਕੇਸ ਦੇ ਵਿੱਚ ਵੀ ਉਹਨਾਂ ਨੂੰ ਅਸਲਾ ਦਿੱਤਾ ਤੇ ਹੁਣ ਸਾਡੀ ਵਿਰੋਧੀ ਪਾਰਟੀ ਦਾ ਬਾਈ ਬੁੱਕਸ ਕੇਸ਼ਵਾਰ ਆ ਦਿੱਲੀ ਯੂਪੀਏ ਕੇਸ ਦੇ ਵਿੱਚ ਵੀ ਕਿਉਂਕਿ ਉਹਨਾਂ ਨੇ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਜੱਗੂ ਉਹਨਾਂ ਨਾਲ ਗੱਲ ਕਰਦਾ ਸੀ ਜੱਗੂ 도ਗਲਾ ਹੋ ਕੇ ਚੱਲ ਰਿਹਾ ਸੀ ਤੇ ਨਾਲ ਪੁਲਿਸ ਨੂੰ ਵੀ ਸਾਰੇ ਗਰੁੱਪ ਦੀਆਂ ਮੁਖਵਰੀਆਂ ਕਰਦਾ ਰਿਹਾ ਸੀ 골ਡੀ ਨੇ ਕਿਹਾ ਹੈ ਕਿ ਜਿਹੜਾ ਜੱਗੂ ਦਾ ਸਾਥ ਦੇਵੇਗਾ ਉਹ ਸਾਡਾ ਵਿਰੋਧੀ ਹੈ ਤੇ ਨਾਲੇ ਕੋਈ ਲਾਰੈਂਸ ਬਿਸ਼ਨੋਈ ਗਰੁੱਪ ਕਾਲਾ ਜਠੇੜੀ ਗਰੁੱਪ ਦੇ ਕਿਸੇ ਬੰਦੇ ਤੇ ਵੀ ਹੱਥ ਚੁੱਕੇਗਾ ਉਹ ਕੋਈ ਵੀ ਹੋਵੇ ਉਸ ਦਾ ਇਹੋ ਹੀ ਹਾਲ ਕੀਤਾ ਜਾਵੇਗਾ ਇਹਨਾਂ ਨੇ ਪਹਿਲ ਕੀਤੀ ਸੀ ਤਾਂ ਜਵਾਬ ਦਿੱਤਾ ਗਿਆ ਏ ਅਸੀਂ ਕਿਸੇ ਵੀ ਗਲਤ ਬੰਦੇ ਨੂੰ ਆਪਣੇ ਗਰੁੱਪ ਦੇ ਵਿੱਚ ਨਹੀਂ ਰੱਖਾਂਗੇ ਤੇ ਜੋ ਗਲਤੀ ਕਰੇਗਾ ਉਸ ਨੂੰ ਭੁਗਤਣਾ ਪਵੇਗਾ ਉਸ ਨੇ ਕਿਹਾ ਏ ਕਿ ਭਾਈਚਾਰੇ 'ਚ ਧੋਖਾ ਬਿਲਕੁਲ ਮਾਫੀ ਦੇ ਲਾਇਕ ਨਹੀਂ ਹੈ ਤੇ ਜੱਗੂ ਦੇ ਜਿਹੜੇ ਬੰਦੇ ਚਿੱਟਾ ਵੇਚਦੇ ਆ ਉਹ ਵੀ ਆਪਣੀ ਤਿਆਰੀ ਰੱਖਣ ਹੁਣ ਸਭ ਦੀ ਵਾਰੀ ਆਏਗੀ ਹੁਣ ਤੱਕ ਤਾਂ ਚੁੱਪ ਰਹੇ ਹਾਂ ਕਿਉਂਕਿ ਚਲੋ ਕੋਈ ਗੱਲ ਨਹੀਂ ਪਰ ਹੁਣ ਸਾਡੇ ਗਰੁੱਪ ਦੇ ਨਾਂ ਨਸ਼ਾ ਵੇਚਣਾ ਤੇ ਨਾ ਕਿਸੇ ਨੂੰ ਵੇਚਣ ਦੇਣਾ ਹੈ ਜੋ ਕੋਈ ਵੀ ਇਸ ਕਿਸੇ ਦੇ ਚਿੱਟਾ ਵੇਚੇਗਾ ਅਸੀਂ ਉਸ ਨੂੰ ਮਾਰ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬਜਰੰਗ ਵਾਲੀ ਇਸਾ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਤੋਂ ਬਾਅਦ ਕਾਫੀ ਹਫੜਾ ਦਫੜੀ ਮਚ ਗਈ ਹੈ ਜ਼ਿਕਰਯੋਗ ਹੈ ਕਿ ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ਦੇ ਵਿੱਚ ਹੋਈ ਗੈਂਗਵਾਰ ਦੇ ਦੌਰਾਨ 2 ਦਿਨ ਪਹਿਲਾਂ ਗੈਂਗਸਟਰਾਂ ਦਾ ਕਤਲ ਕਰ ਦਿੱਤਾ ਗਿਆ ਈ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਣ ਮੋਣਾ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਕੇਸ਼ਵ ਨਾਂ ਦਾ ਗੈਂਗਸਟਰ ਜਿਹੜਾ ਹੈ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਇੱਕ ਦੂਜੇ ਨੂੰ ਗੈਂਗਵਾਰ ਧਮਕੀਆਂ ਦੇ ਰਿਹਾ ਹੈ ਇੱਕ ਦੂਜੇ ਦੇ ਨਾਲ ਜਿਸ ਤਰ੍ਹਾਂ ਕਿ ਸਿੱਧੇ ਹੋ ਕੇ ਲੜਾਈ ਕਰਨ ਦੀ ਗੱਲ ਕਰ ਰਹੇ ਨੇ ਇੱਕ ਦੂਜੇ ਦਾ ਟਾਈਮ ਚੱਕਣ ਦੀ ਵੀ ਗੱਲ ਕਰ ਰਹੇ ਨੇ ਕਾਫੀ ਵੱਡਾ ਜਿਹੜਾ ਗੱਲਬਾਤ ਚੱਲ ਰਹੀ ਹੈ ਦੂਜੇ ਪਾਸੇ ਮਨਮੋਣ ਮੋਣਾ ਦੇ ਮੌਤ ਦੀ ਮਗਰੋਂ ਜਦੋਂ ਉਹਨਾਂ ਦੇ ਪਿੰਡ 'ਇਹ ਖਬਰ ਪਹੁੰਚਦੀ ਹੈ ਤਾਂ ਉਹਨਾਂ ਦੇ ਪਿੰਡ ਵਾਲੇ ਕਾਮੁਸ਼ ਹੋ ਜਾਂਦੇ ਨੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਵੀ ਇਨਕਾਰ ਕਰ ਦਿੰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਉਹ ਕੋਈ ਵੀ ਗੱਲਬਾਤ ਨਹੀਂ ਕਰਨਗੇ ਹਾਲਾਂਕਿ ਕਿਸੇ ਪ੍ਰਕਾਰ ਦੀ ਉਹ ਗੱਲਬਾਤ ਜਿਹੜੀ ਹੈ ਨਹੀਂ ਕਰਨਗੇ ਹਾਲਾਂਕਿ ਸਾਫ਼ ਮਨਾ ਕਰ ਦਿੱਤਾ ਜਾਂਦਾ ਸੋ ਜਿੱਥੇ ਕਿ ਗੈਂਗਵਾਰ ਪੰਜਾਬ ਦੇ ਵਿੱਚ ਦੁਬਾਰਾ ਤੋਂ ਸਰਗਰਮ ਹੋ ਗਿਆ ਹੈ 골ਡੀ ਬਰਾਡ ਬਾਹਰ ਬੈਠਾ ਪੰਜਾਬ ਦੇ ਵਿੱਚ ਕਾਰਨਾਮੇ ਕਰ ਰਿਹਾ ਹੈ ਲੌਰੈਂਸ ਬਿਸ਼ਨੋਈ ਗਰੁੱਪ ਨੂੰ ਚਲਾ ਰਿਹਾ ਹੈ 골ਡੀ ਬਰਾਡ ਤੇ ਲੌਰੈਂਸ ਬਿਸ਼ਨੋਈ ਅੰਦਰ ਬੈਠਾ ਹੋਇਆ ਹੈ ਹਰ ਇੱਕ ਕਤਲ ਕਰਕੇ ਇਹ ਬੰਦੇ ਜਿਹੜੇ ਨੇ ਉਹ ਜਿੰਮੇਵਾਰੀਆਂ ਲੈ ਲੈਂਦੇ ਨੇ ਇਹ ਨੌਜਵਾਨ ਜਿਹੜੇ ਨੇ ਜਿੰਮੇਵਾਰੀਆਂ ਲੈ ਲੈਂਦੇ ਨੇ ਬਿਲਕੁਲ ਸਹੀ ਜਿਹੜੀ ਹੈ ਸਰਕਾਰ ਇਨਾਂ ਤੇ ਕਾਰਵਾਈ ਨਹੀਂ ਕਰ ਰਹੀ ਹੈ ਬਿਲਕੁਲ ਕਿਸੇ ਪ੍ਰਕਾਰ ਦੀ ਇਨਾਂ ਤੇ ਕਾਰਵਾਈ ਜਿਹੜੀ ਹੈ ਉਹ ਨਹੀਂ ਹੋ ਰਹੀ ਐ ਨਹੀਂ ਤੇ ਅਜੇਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਨਾ ਹੁੰਦੀਆਂ ਤੇ ਦੂਜੇ ਪਾਸੇ ਜੇ ਗੱਲ ਕਰੀਏ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ ਚਾਰ ਕਤਲ ਹੋਣ ਨਾਲ ਤਬਾਹੀ ਦਾ ਮੰਜ਼ਰ ਬਣਿਆ ਹੋਇਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚ ਆਮ ਆਦਮੀ ਪਾਰਟੀ ਦੇ ਖਿਲਾਫ ਦਰਜ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਗਲਤ ਠਹਿਰਾਉਣ ਦੇ ਵਿੱਚ ਰੁੱਝੇ ਹੋਏ ਨੇ ਇੱਥੇ ਜਾਰੀ ਕੀਤੇ ਇੱਕ ਬਿਆਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਹੈ ਕਿ ਅੱਜ ਪੰਜਾਬ ਦੇ ਵਿੱਚ ਕੋਈ ਵੀ ਸੁਰੱਖਿਆਤ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜੇਲ੍ਹਾਂ ਵਿੱਚ ਵੀ ਮਨਮਰਜ਼ੀ ਨਾਲ ਕਤਲ ਹੋ ਰਹੇ ਨੇ ਜਿਵੇਂ ਕਿ ਕੱਲ ਸਭ ਨੇ ਵੇਖਿਆ ਹੈ ਕਿ ਕਿਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਾਂ ਦਾਲ ਜੇਲ੍ਹ ਦੇ ਵਿੱਚ ਕਤਲ ਹੋ ਗਿਆ ਏ ਉਹਨਾਂ ਕਿਹਾ ਏ ਕਿ ਅਜਹੀਆਂ ਘਟਨਾਵਾਂ ਇਸ ਤੱਥ ਨੂੰ ਓਜ਼ਾਗਰ ਕਰਦੀਆਂ ਨੇ ਕਿ ਆਪ ਸਰਕਾਰ ਨਹੀਂ ਚਾਹੁੰਦੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੱਚ ਸਾਹਮਣੇ ਆ ਸਕੇ ਹਾਲਾਂਕਿ ਇਹ ਗੱਲ ਜਿਹੜੀ ਹੈ ਉਹਨਾਂ ਵੱਲੋਂ ਕਹੀ ਗਈ ਹੈ ਸੁਖਵੀਰ ਸਿੰਘ ਬਾਦਲ ਸ਼ਰਿਆਮ ਭਗਵੰਤ ਮਾਨ ਨੂੰ ਟਾਰਗੇਟ ਕਰ ਰਹੇ ਨੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੁਮਾਕੇਦਾਰ ਟਵੀਟ ਵੀ ਸਾਹਮਣੇ ਆ ਗਿਆ ਹੈ ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਕੇਵਲ ਢਿੱਲੋਂ ਬਲਵੀਰ ਸਿੱਧੂ ਫਤਿਹਜੰਗ ਬਾਜਵਾ ਰਾਜਕੁਮਾਰ ਵੇਰਖਾ ਗੁਰਪ੍ਰੀਤ ਕਾਂਗੜ ਰਾਣਾ ਸੋਢੀ ਸਾਰੇ ਕਾਂਗਰਸੀ ਔਰ ਸੁਖਵੀਰ ਸਿੰਘ ਬਾਦਲ ਵਰਗਿਆਂ ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਇਹ ਸਾਰੇ ਰਾਜਪਾਲ ਦੇ ਘਰ ਦੇ ਨੇੜੇ ਤੇੜੇ ਦੇਖੇ ਜਾ ਸਕਦੇ ਨੇ ਇਹ ਸਾਰੇ ਪੰਜਾਬ ਦੇ ਵਿੱਚ ਗਵਰਨਰ ਰਾਜ ਦੀ ਗੱਲ ਕਰ ਰਹੇ ਨੇ ਉਹਨਾਂ ਕਿਹਾ ਹੈ ਕਿ ਪੰਜਾਬ ਦੇ ਲੋਕ ਸਭ ਜਾਣਦੇ ਨੇ ਇਹ ਹਮੇਸ਼ਾ ਪੰਜਾਬ ਵਿਰੋਧੀ ਰਹੇ ਨੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਤ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਲੈ ਕੇ ਇੱਕ ਵਾਰ ਮੁੜ ਆਮਣੋ ਸਾਹਮਣੇ ਹੋ ਗਏ ਨੇ ਸਰਕਾਰ ਵੱਲੋਂ ਬਜਟ ਸੈਸ਼ਨ ਬੁਲਾਉਣ ਲਈ ਰਾਜਪਾਲ ਤੋਂ ਮਨਜ਼ੂਰੀ ਮੰਗੀ ਗਈ ਸੀ ਪਰ ਰਾਜਪਾਲ ਨੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਸੀ ਇਸ ਨੂੰ ਲੈ ਕੇ ਆਪ ਸਰਕਾਰ ਨੇ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ ਸੀ ਸੋ ਮਿਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ